ਚੰਡੀਗੜ੍ਹ ਪੁਲਿਸ ਕੀ 17 ਥਾਣਾ ਨੇ ਇੱਕ 28 ਸਾਲ ਦੇ ਸਾਵਨ ਭੱਟੀ ਨੂੰ ਕਾਬੂ ਕੀਤਾ। ਬੜੇ ਹੈਰਾਨ ਕਰ ਦੇਣ ਵਾਲੀ ਚੀਜ਼ਾਂ ਸਾਹਮਣੇ ਆਈ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਦੇ ਪਾਰਕਾਂ ਦੇ ਵਿੱਚ ਕੁੜੀਆਂ ਦੇ ਨਾਲ, ਮਹਿਲਾਵਾਂ ਦੇ ਨਾਲ ਸਰੀਰਕ ਛੇੜਛਾੜ ਕਰਦਾ ਸੀ, ਸਨੈਚਿੰਗ ਦੀ ਕੋਸ਼ਿਸ਼ ਕਰਦਾ ਸੀਗਾ, ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਐਕਟਿਵਾ 'ਤੇ ਸਵਾਰ ਹੋ ਕੇ ਇਹ 28 ਸਾਲ ਦਾ ਮੋਹਾਲੀ ਦਾ ਰਹਿਣ ਵਾਲਾ ਇਹ ਪੂਰੇ ਪਾਰਕਾਂ ਦੇ ਵਿੱਚ ਗੇੜੀਆਂ ਮਾਰਦਾ ਸੀ ਔਰ ਬੜੇ ਹੀ ਹੈਰਾਨ ਕਰ ਦੇਣ ਵਾਲੇ, ਬੜੇ ਸ਼ਾਤਿਰ ਤਰੀਕੇ ਦੇ ਨਾਲ ਇਹ ਆਪਣਾ ਮੋਬਾਈਲ ਵੀ ਕੋਲ ਨਹੀਂ ਰੱਖਦਾ ਸੀਗਾ ਕਿ ਜੇਕਰ ਕੋਈ ਨੰਬਰ ਨੋਟ ਕਰਦਾ ਜਾਂ ਫਿਰ ਕਿਸੇ ਤਰ੍ਹਾਂ ਦਾ, ਕਿਉਂਕਿ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਐਕਟਿਵਾ 'ਤੇ ਵੀ ਜਿਹੜਾ ਨੰਬਰ ਲੁਕੋ ਕੇ ਮੋਬਾਈਲ ਆਪਣੇ ਕੋਲ ਰੱਖਦਾ ਨਹੀਂ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਫੜ ਨਾ ਲਵੇ। ਇਹ ਕਈ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਸਾਹਮਣੇ ਆ ਰਹੀ ਸੀ, ਕਈ ਕੰਪਲੇਂਟ ਸਾਹਮਣੇ ਆ ਰਹੇ ਸੀਗਾ। 11 ਥਾਣੇ 'ਚ ਵੀ ਕੰਪਲੇਂਟ ਸਾਹਮਣੇ ਆਈ ਸੀ ਪਿਛਲੇ ਦਿਨਾਂ, 21 ਸੈਕਟਰ 22 ਸੈਕਟਰ 'ਚ ਵੀ ਕੰਪਲੇਂਟ ਆਈ ਸੀ ਪਿਛਲੇ 1-1.5 ਮਹੀਨੇ ਤੋਂ। ਲਗਾਤਾਰ ਪੁਲਿਸ ਇਹਦੇ ਵਿੱਚ ਪਿੱਛੇ ਲੱਗੀ ਹੋਈ ਸੀ ਔਰ ਬੜੇ ਸ਼ਾਤਿਰ ਤਰੀਕੇ ਦੇ ਨਾਲ ਇਹ ਉੱਥੋਂ ਫਰਾਰ ਹੋ ਜਾਂਦਾ ਸੀਗਾ। ਹਾਲਾਂਕਿ ਪੁਲਿਸ ਕਾਫੀ ਸੀਕ੍ਰੇਟ ਤਰੀਕੇ ਦੇ ਨਾਲ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਔਰ ਫਾਈਨਲੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਗਿਆ। BSc ਡਿਗਰੀ ਕੀਤੀ ਹੋਈ ਹੈ ਸਾਵਨ ਭੱਟੀ ਨੇ, ਹਾਲਾਂਕਿ ਹੁਣ ਪੁਲਿਸ ਦੀ ਗ੍ਰਿਫਤ 'ਚ ਹੈ। ਖੁਲਾਸੇ ਕੀਤੇ ਹੈ ਕਿ ਆਖਿਰ ਇਹ ਸਨੈਚਿੰਗ ਦੇ ਮਕਸਦ ਦੇ ਨਾਲ, ਕੁੜੀਆਂ ਦੇ ਨਾਲ ਛੇੜਛਾੜ ਕਰ, ਹੋਰ ਵੀ ਜਿਹੜੇ ਕਈ ਗਲਤ ਤਰੀਕੇ ਦੇ ਨਾਲ, ਜਿਹੜਾ ਗਲਤ ਮਕਸਦ ਦੇ ਨਾਲ ਇਹ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਸੀਗਾ। ਹਾਲਾਂਕਿ ਹੋਰ ਵੀ ਕਈ ਚੀਜ਼ਾਂ ਹੁਣ ਕਈ ਸ਼ਿਕਾਇਤਾਂ ਸਾਹਮਣੇ ਆ ਰਹੀ ਹੈ, ਪੁਲਿਸ ਨੇ ਇਹਨੂੰ ਕਾਬੂ ਕਰਕੇ ਕਈ ਧਾਰਾਵਾਂ ਦੇ ਤਹਿਤ ਇਸ ਨੂੰ ਕਾਬੂ ਕਰ ਲਿਆ। ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਆਪਣੇ ਮੰਗੇਤਰ ਦੇ ਨਾਲ ਇੱਥੇ ਰਹਿੰਦਾ ਸੀਗਾ ਅਤੇ ਇਹਦਾ ਮਕਸਦ ਕੀ ਸੀਗਾ, ਕੋਈ ਸਾਈਕੋ ਹੈ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਕਿਉਂ ਕਰਦਾ ਸੀਗਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਕੀ 17 ਥਾਣਾ ਨੇ ਇੱਕ 28 ਸਾਲ ਦੇ ਸਾਵਨ ਭੱਟੀ ਨੂੰ ਕਾਬੂ ਕੀਤਾ। ਬੜੇ ਹੈਰਾਨ ਕਰ ਦੇਣ ਵਾਲੀ ਚੀਜ਼ਾਂ ਸਾਹਮਣੇ ਆਈ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਦੇ ਪਾਰਕਾਂ ਦੇ ਵਿੱਚ ਕੁੜੀਆਂ ਦੇ ਨਾਲ, ਮਹਿਲਾਵਾਂ ਦੇ ਨਾਲ ਸਰੀਰਕ ਛੇੜਛਾੜ ਕਰਦਾ ਸੀ, ਸਨੈਚਿੰਗ ਦੀ ਕੋਸ਼ਿਸ਼ ਕਰਦਾ ਸੀਗਾ, ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਐਕਟਿਵਾ 'ਤੇ ਸਵਾਰ ਹੋ ਕੇ ਇਹ 28 ਸਾਲ ਦਾ ਮੋਹਾਲੀ ਦਾ ਰਹਿਣ ਵਾਲਾ ਇਹ ਪੂਰੇ ਪਾਰਕਾਂ ਦੇ ਵਿੱਚ ਗੇੜੀਆਂ ਮਾਰਦਾ ਸੀ ਔਰ ਬੜੇ ਹੀ ਹੈਰਾਨ ਕਰ ਦੇਣ ਵਾਲੇ, ਬੜੇ ਸ਼ਾਤਿਰ ਤਰੀਕੇ ਦੇ ਨਾਲ ਇਹ ਆਪਣਾ ਮੋਬਾਈਲ ਵੀ ਕੋਲ ਨਹੀਂ ਰੱਖਦਾ ਸੀਗਾ ਕਿ ਜੇਕਰ ਕੋਈ ਨੰਬਰ ਨੋਟ ਕਰਦਾ ਜਾਂ ਫਿਰ ਕਿਸੇ ਤਰ੍ਹਾਂ ਦਾ, ਕਿਉਂਕਿ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਐਕਟਿਵਾ 'ਤੇ ਵੀ ਜਿਹੜਾ ਨੰਬਰ ਲੁਕੋ ਕੇ ਮੋਬਾਈਲ ਆਪਣੇ ਕੋਲ ਰੱਖਦਾ ਨਹੀਂ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਫੜ ਨਾ ਲਵੇ। ਇਹ ਕਈ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਸਾਹਮਣੇ ਆ ਰਹੀ ਸੀ, ਕਈ ਕੰਪਲੇਂਟ ਸਾਹਮਣੇ ਆ ਰਹੇ ਸੀਗਾ। 11 ਥਾਣੇ 'ਚ ਵੀ ਕੰਪਲੇਂਟ ਸਾਹਮਣੇ ਆਈ ਸੀ ਪਿਛਲੇ ਦਿਨਾਂ, 21 ਸੈਕਟਰ 22 ਸੈਕਟਰ 'ਚ ਵੀ ਕੰਪਲੇਂਟ ਆਈ ਸੀ ਪਿਛਲੇ 1-1.5 ਮਹੀਨੇ ਤੋਂ। ਲਗਾਤਾਰ ਪੁਲਿਸ ਇਹਦੇ ਵਿੱਚ ਪਿੱਛੇ ਲੱਗੀ ਹੋਈ ਸੀ ਔਰ ਬੜੇ ਸ਼ਾਤਿਰ ਤਰੀਕੇ ਦੇ ਨਾਲ ਇਹ ਉੱਥੋਂ ਫਰਾਰ ਹੋ ਜਾਂਦਾ ਸੀਗਾ। ਹਾਲਾਂਕਿ ਪੁਲਿਸ ਕਾਫੀ ਸੀਕ੍ਰੇਟ ਤਰੀਕੇ ਦੇ ਨਾਲ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਔਰ ਫਾਈਨਲੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਗਿਆ। BSc ਡਿਗਰੀ ਕੀਤੀ ਹੋਈ ਹੈ ਸਾਵਨ ਭੱਟੀ ਨੇ, ਹਾਲਾਂਕਿ ਹੁਣ ਪੁਲਿਸ ਦੀ ਗ੍ਰਿਫਤ 'ਚ ਹੈ। ਖੁਲਾਸੇ ਕੀਤੇ ਹੈ ਕਿ ਆਖਿਰ ਇਹ ਸਨੈਚਿੰਗ ਦੇ ਮਕਸਦ ਦੇ ਨਾਲ, ਕੁੜੀਆਂ ਦੇ ਨਾਲ ਛੇੜਛਾੜ ਕਰ, ਹੋਰ ਵੀ ਜਿਹੜੇ ਕਈ ਗਲਤ ਤਰੀਕੇ ਦੇ ਨਾਲ, ਜਿਹੜਾ ਗਲਤ ਮਕਸਦ ਦੇ ਨਾਲ ਇਹ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਸੀਗਾ। ਹਾਲਾਂਕਿ ਹੋਰ ਵੀ ਕਈ ਚੀਜ਼ਾਂ ਹੁਣ ਕਈ ਸ਼ਿਕਾਇਤਾਂ ਸਾਹਮਣੇ ਆ ਰਹੀ ਹੈ, ਪੁਲਿਸ ਨੇ ਇਹਨੂੰ ਕਾਬੂ ਕਰਕੇ ਕਈ ਧਾਰਾਵਾਂ ਦੇ ਤਹਿਤ ਇਸ ਨੂੰ ਕਾਬੂ ਕਰ ਲਿਆ। ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਆਪਣੇ ਮੰਗੇਤਰ ਦੇ ਨਾਲ ਇੱਥੇ ਰਹਿੰਦਾ ਸੀਗਾ ਅਤੇ ਇਹਦਾ ਮਕਸਦ ਕੀ ਸੀਗਾ, ਕੋਈ ਸਾਈਕੋ ਹੈ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਕਿਉਂ ਕਰਦਾ ਸੀਗਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।